ਓ ਇੱਕ ਨੂੰ ਖੁਸ਼ ਰੱਖ ਜੇਲ ਚ ਘਰ ਘਰ ਜੰਮਣ ਹਵਾਰੇ ਕਿੰਨਾ ਚਿਰ ਤੂੰ ਰੋਕੇਗੀ ਗੰਦੀਏ ਸਰਕਾਰੇ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਉਹਦੇ ਸਾਹਮਣੇ ਇੱਕ ਬਿਲਡਿੰਗ ਆ, ਉਹ ਬਿਲਡਿੰਗ 'ਚ ਕਹਿੰਦੇ ਕਿ ਪੰਜਾਬ ਦੀ ਸਾਰੀ ਇੰਡਸਟਰੀ ਰਹਿੰਦੀ ਆ, ਮਿਊਜ਼ਿਕ ਇੰਡਸਟਰੀ। ਕੱਲ੍ਹ ਉਹਦੇ ਕੋਲੋਂ ਜਦੋਂ ਮਾਰਚ ਨਿਕਲ ਰਿਹਾ ਸੀ, ਮੈਂ ਗੱਲ ਨੋਟ ਕਰ ਰਿਹਾ ਸੀ ਕਿ ਉਸ ਬਿਲਡਿੰਗ ਦੇ ਵਿੱਚੋਂ ਨਿਕਲ ਕੇ ਮਾਰਚ ਨੂੰ ਵੇਖਣ ਤੱਕ ਕੋਈ ਪੰਜਾਬੀ ਇੰਡਸਟਰੀ 'ਚੋਂ ਆਇਆ ਨਹੀਂ। ਜਿਹਦੀ ਜ਼ਮੀਰ ਜਿਉਂਦੀ ਆ ਉਹ ਇੱਥੇ ਪਹੁੰਚ ਵੀ ਰਹੇ ਆ, ਜਿਹਨਾਂ ਜ਼ਮੀਰਾਂ ਮਰ ਗਈਆਂ ਫਿਰ ਨਹੀਂ ਪਹੁੰਚਦੇ, ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ। ਜਿਹੜੀ ਗੱਲ ਰਹੀ ਕੰਮ ਦੀ, ਇਹ ਤਾਂ ਬਈ ਹੁਣ ਮੰਨ ਕੇ ਚੱਲੋ ਰਣਜੀਤ ਬਾਵਾ ਹੋ ਗਿਆ, ਕਨਵਰ ਗਰੇਵਾਲ ਹੋ ਗਿਆ, ਅਤੇ ਜਸ ਬਾਜਵਾ ਹੋ ਗਿਆ, ਹੋਰ ਕਿੰਨੇ ਸਿੰਗਰ ਸੀ। ਅਤੇ ਲੈ ਜੇ ਕੰਮ ਨਾ ਮਿਲਦਾ ਹੁੰਦਾ ਫਿਰ ਉਹ ਕੀ ਕਹਿੰਦੇ ਹੁੰਦੇ ਆ ਇਨਕਮ ਟੈਕਸ ਵਾਲਿਆਂ ਨੇ ਉਹਨਾਂ ਦੇ ਘਰੇ ਕਾਹਨੂੰ ਰੇਡ ਮਾਰਨੀ ਸੀ ਯਾਰ। ਧਰਮ ਦੇ ਨਾਂ 'ਤੇ ਖੜਨਾ ਕੋਈ ਗੁਨਾਹ ਥੋੜ੍ਹੀ ਹੈ ਯਾਰ। ਸੁਣ ਲਈਏ ਫਿਰ ਸੱਚ ਬਾਈ, ਬਾਅਦ 'ਚ ਸਾਨੂੰ ਔਖਾ ਹੋ ਜਾਂਦਾ ਨਾ ਕੰਮ, ਗਾਲਾਂ ਵਾਲਾ ਕੰਮ ਨਾ ਮਾਵਾਂ ਭੈਣਾਂ ਦੀਆਂ ਕੱਢੀ ਜਾਂਦੇ ਆ, ਫਿਰ ਉਹ ਗੱਲ ਫਿਰ ਗਲਤ ਹੋ ਜਾਂਦੀ। ਉਹ ਸਬਰ ਤੋੜ ਕੇ ਬੋਲ ਰਿਹਾ ਕਿਰਸਾਨ ਪੰਜਾਬੀ, ਓਏ ਹੱਕ ਮੰਗੇ ਤਾਂ ਕਹਿਣਾ ਮੈਨੂੰ ਤੂੰ ਅੱਤਵਾਦੀ, ਓ ਵਾਰਸ ਫੇਰ ਬਘੇਲ ਦੇ ਗੱਜ ਗੱਜ ਲਾਉਣ ਜਕਾਰੇ, ਓ ਕਿੰਨਾ ਚਿਰ ਤੂੰ ਰੋਕੇਗੀ ਗੰਦੀਏ ਸਰਕਾਰੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ, ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਦਾ ਸਟੇਟ ਟੀਵੀ। ਸੋ ਅੱਜ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਲਗਾਤਾਰ ਵੱਖੋ ਵੱਖਰੇ ਪ੍ਰੋਗਰਾਮ ਕੀਤੇ, ਵੱਖੋ ਵੱਖਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਹੋਈ। ਲਗਾਤਾਰ ਇਸ ਜਵਾਨ ਹੁੰਦੇ ਮੋਰਚੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। 7 ਤਰੀਕ ਨੂੰ ਇਸ ਮੋਰਚੇ ਦਾ ਜਨਮ ਹੁੰਦਾ ਹੈ ਅਤੇ ਅੱਜ 20ਵਾਂ ਦਿਨ ਆ, 20 ਦਿਨ ਜਵਾਨ ਹੁੰਦੇ ਨੂੰ ਲਗਾਤਾਰ ਇਸ ਮੋਰਚੇ ਨੂੰ ਹੋਏ ਨੇ ਅਤੇ ਵੱਖ ਵੱਖ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਇੱਥੇ ਮਿਲੇ ਹਾਂ। ਸੋ ਅੱਜ ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚੋਂ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਗੱਲ ਮਾਣੂ ਕੇ ਮੌਜੂਦ ਨੇ। ਭਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ, ਮੋਰਚਾ ਦਿੱਲੀ ਵਾਲਾ ਵੀ ਦੇਖਿਆ, ਮੋਰਚਾ ਪੰਜਾਬ ਵਾਲਾ ਵੀ ਦੇਖ ਰਹੇ ਹਾਂ, ਕੋਈ ਫਰਕ ਮਹਿਸੂਸ ਹੁੰਦਾ? ਫਰਕ ਤਾਂ ਮਹਿਸੂਸ ਚੜ੍ਹਦੀ ਕਲਾ 'ਚ ਹੀ ਆਈ, ਦਿੱਲੀ ਵਾਲਾ ਵੀ ਚੜ੍ਹਦੀ ਕਲਾ 'ਚ ਅਤੇ ਇਹ ਵੀ ਚੜ੍ਹਦੀ ਕਲਾ 'ਚ ਹੀ ਹੈ, ਕਿਉਂਕਿ ਗੁਰੂ ਮਹਾਰਾਜ ਆਪ ਹਾਜ਼ਰ ਨਾਜ਼ਰ ਆ, ਉਹਨਾਂ ਦੀ ਦੇਖ ਰੇਖ 'ਚ ਹੋ ਰਿਹਾ ਅਤੇ ਗੁਰੂ ਮਹਾਰਾਜ ਦੀ ਦੇਖ ਰੇਖ ਤਾਂ ਚੜ੍ਹਦੀ ਕਲਾ ਤੋਂ ਘੱਟ ਕੁਛ ਆਪਾਂ ਕਹਿ ਹੀ ਨਹੀਂ ਸਕਦੇ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਉਹਦੇ ਸਾਹਮਣੇ ਇੱਕ ਬਿਲਡਿੰਗ ਆ, ਉਹ ਬਿਲਡਿੰਗ 'ਚ ਕਹਿੰਦੇ ਕਿ ਪੰਜਾਬ ਦੀ ਸਾਰੀ ਇੰਡਸਟਰੀ ਰਹਿੰਦੀ ਆ, ਮਿਊਜ਼ਿਕ ਇੰਡਸਟਰੀ। ਕੱਲ੍ਹ ਉਹਦੇ ਕੋਲੋਂ ਜਦੋਂ ਮਾਰਚ ਨਿਕਲ ਰਿਹਾ ਸੀ, ਮੈਂ ਗੱਲ ਨੋਟ ਕਰ ਰਿਹਾ ਸੀ ਕਿ ਉਸ ਬਿਲਡਿੰਗ ਦੇ ਵਿੱਚੋਂ ਨਿਕਲ ਕੇ ਮਾਰਚ ਨੂੰ ਵੇਖਣ ਤੱਕ ਕੋਈ ਪੰਜਾਬੀ ਇੰਡਸਟਰੀ 'ਚੋਂ ਆਇਆ ਨਹੀਂ। ਇਹ ਇਹਨਾਂ ਦੀ ਸੋਚ ਆਈ ਆਪਦੀ ਆਪਦੀ ਹੈ ਨਾ, ਅਤੇ ਜਿਹਦੀ ਜ਼ਮੀਰ ਜਿਉਂਦੀ ਆ ਉਹ ਇੱਥੇ ਪਹੁੰਚ ਵੀ ਰਹੇ ਆ, ਜਿਹਨਾਂ ਜ਼ਮੀਰਾਂ ਮਰ ਗਈਆਂ ਫਿਰ ਨਹੀਂ ਪਹੁੰਚਦੇ, ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ? ਨਾ ਕਿਸੇ ਦਾ ਦਿਲ ਬਦਲਿਆ ਜਾ ਸਕਦਾ, ਨਾ ਦਿਮਾਗ ਬਦਲਿਆ ਜਾ ਸਕਦਾ। ਜਦੋਂ ਆਪਾਂ ਸਿੱਧੇ ਤੌਰ 'ਤੇ ਕਿਸੇ ਨੂੰ ਟਾਰਗੇਟ ਕਰਾਂਗੇ, ਹੈ ਨਾ, ਹੁਣ ਮੈਥੋਂ ਜ਼ਿਆਦਾਤਰ ਸਾਰੇ ਵੀਰ ਪੱਤਰਕਾਰ ਹੋ ਗਏ ਜਾਂ ਹੋਰ ਬੰਦੇ ਸਵਾਲ ਕਰ ਲੈਂਦੇ ਆ, ਕਿਉਂਕਿ ਮੇਰੇ ਨਾਲ ਤਾਂ ਇੰਡਸਟਰੀ ਦੇ ਅਕੋਰਡਿੰਗ ਹੀ ਸਵਾਲ ਕੀਤੇ ਜਾਣਗੇ, ਜਿਵੇਂ ਤੁਸੀਂ ਕਿਹਾ ਵੀ ਮੈਂ ਸਿੰਗਰ ਹਾਂ ਇੱਕ, ਹੈ ਨਾ, ਅਤੇ ਉਹਦੇ ਕਰਕੇ ਮੈਥੋਂ ਰਿਹਾ ਨਹੀਂ ਜਾਂਦਾ ਅਤੇ ਮੈਂ ਸੱਚ ਕਹਿ ਦਿੰਦਾ। ਅੱਜ ਸੁਣ ਲਈਏ ਫਿਰ ਸੱਚ। ਸੱਚ ਬਾਈ, ਬਾਅਦ 'ਚ ਸਾਨੂੰ ਔਖਾ ਹੋ ਜਾਂਦਾ ਨਾ ਕੰਮ, ਗਾਲਾਂ ਵਾਲਾ ਕੰਮ ਨਾ ਮਾਵਾਂ ਭੈਣਾਂ ਦੀਆਂ ਕੱਢੀ ਜਾਂਦੇ ਆ, ਫਿਰ ਉਹ ਗੱਲ ਫਿਰ ਗਲਤ ਹੋ ਜਾਂਦੀ। ਮੈਂ ਉਹਨੇ ਕਹਿਣਾ ਤਾਂ ਹਾਂ ਇਹ ਚੀਜ਼ ਆ, ਅਤੇ ਆਪਾਂ ਕਹਿ ਦਿੰਦੇ ਹਾਂ, ਕਿਉਂਕਿ ਬਈ ਇਹਨਾਂ ਨੂੰ ਚਾਹੀਦਾ, ਵੈਸੇ ਸਭ ਦਾ ਹੱਕ ਆ, ਹੱਕ ਬਣਦਾ ਆਪਣਾ ਇਨਸਾਨੀਅਤ ਤੌਰ 'ਤੇ ਵੀ ਹੱਕ ਬਣਦਾ, ਧਰਮ ਦੇ ਨਾਂ 'ਤੇ ਵੀ ਹੱਕ ਬਣਦਾ, ਇਨਸਾਨੀਅਤ ਤੌਰ 'ਤੇ ਵੀ ਹੱਕ ਬਣਦਾ। ਹੋਰ ਨਹੀਂ ਤਾਂ ਆਪਾਂ ਹਾਜ਼ਰੀ ਤਾਂ ਲਵਾਈ ਸਕਦੇ ਹਾਂ, ਜਿੰਨੇ ਕੁ ਜੋਗੇ ਆਪਾਂ ਹੋਰ ਲਾ ਲਓ ਵੀ ਧਨ ਦੀ ਲਾ ਲਓ ਜਾਂ ਉਹਦੀ ਨਹੀਂ ਕਰ ਸਕਦੇ, ਆਪਾਂ ਤਨ ਦੀ ਸੇਵਾ ਤਾਂ ਕਰ ਸਕਦੇ ਹਾਂ ਆਪਦੇ,
ਆਪਣੇ ਇੱਥੇ ਆਉਣ ਨਾਲ ਕੀ ਆਪਾਂ ਨੂੰ ਸਕੂਨ ਹੀ ਮਿਲਦਾ, ਕਿੰਨੀ ਸੰਗਤ ਦੇ ਦਰਸ਼ਨ ਹੁੰਦੇ ਆ, ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਆ, ਹੋਰ ਕਿੰਨੀਆਂ ਰੂਹਾਂ ਮਿਲਦੀਆਂ ਨਵੀਆਂ, ਠੀਕ ਆ, ਆਪਣਾ ਕੁਛ ਘਟਦਾ ਤਾਂ ਨਹੀਂ ਜੇ ਆਪਣੇ ਇੱਥੇ ਹਾਜ਼ਰੀ ਲਵਾਏ ਨਾਲ। ਸਾਡੇ ਕੌਮ ਦੇ ਯੋਧੇ ਆ ਜਿਹੜੇ 30-30 ਸਾਲ ਹੋ ਗਏ, 25-25 ਸਾਲ ਹੋ ਗਏ, ਉਹ ਰਿਹਾਅ ਹੋਣਗੇ ਅਤੇ ਆਪਾਂ ਵੱਧ ਚੜ ਕੇ ਸਾਥ ਦੇਣ ਨੂੰ ਤਿਆਰ। ਬਈ ਜਦੋਂ ਕਿਸਾਨੀ ਅੰਦੋਲਨ ਖਤਮ ਹੁੰਦਾ ਅਤੇ ਉਦੋਂ ਇੱਕ ਤੁਹਾਡੇ ਇੰਡਸਟਰੀ ਦੀ ਬੀਬੀ ਆ, ਹੁਣ ਮੈਂ ਨਾਮ ਨਹੀਂ ਲਾਹਾਂਗਾ, ਉਹ ਕਹਿੰਦੇ ਕਿ ਸਾਨੂੰ ਇੰਡਸਟਰੀ 'ਚ ਕੰਮ ਮਿਲਣਾ ਬੰਦ ਹੋ ਗਿਆ ਕਿ ਅਸੀਂ ਅੰਦੋਲਨ 'ਚ ਜਾਂਦੇ ਸੀ। ਕਈਆਂ ਨੇ ਹੋਰ ਨੇ ਕਿਹਾ ਵੀ ਜਦੋਂ ਇੰਡਸਟਰੀ ਵਾਲੇ ਕਿਸੇ ਧਰਨੇ ਜਾਂ ਉਹਦੇ 'ਚ ਜਾਂਦੇ ਨੇ ਤਾਂ ਕੰਮ ਮਿਲਣਾ ਬੰਦ ਹੋ ਜਾਂਦਾ, ਕੀ ਇਹ ਵਾਕਿਆ ਸੱਚਾਈ ਹੈ ਇੰਡਸਟਰੀ ਦੀ? ਨਾ ਜੀ, ਆਪਾਂ ਨੂੰ ਤਾਂ ਕੋਈ ਇੱਦਾਂ ਦਾ ਕੋਈ ਲੱਗ ਨਹੀਂ ਰਿਹਾ। ਉਹ ਜਿਹੜੀ ਬੀਬੀ ਨਾਲ ਹੋਇਆ ਹੋਊਗਾ ਉਹਨੂੰ ਪਤਾ ਹੋਊਗਾ ਜੀ। ਮੈਂ ਤਾਂ ਹੁਣ ਤੱਕ ਜਿੰਨਾ ਕੁ ਵੀ ਆਪਦੇ ਕਹਿੰਦਾ ਮਤਲਬ ਜਿਹੜੇ ਲੈਵਲ 'ਤੇ ਪਹੁੰਚਿਆ ਆਪਦੇ ਦਮ 'ਤੇ ਪਹੁੰਚਿਆ, ਆਪਦੇ ਘਰ ਆਪਦੇ ਤੋਂ ਘਰੋਂ ਲਾ ਕੇ ਹੀ ਪੈਸਾ ਇੱਥੋਂ ਤੱਕ ਪਹੁੰਚਿਆ, ਹੈ ਨਾ। ਅਤੇ ਜਿਹੜੀ ਗੱਲ ਰਹੀ ਕੰਮ ਦੀ, ਇਹ ਤਾਂ ਬਈ ਹੁਣ ਮੰਨ ਕੇ ਚੱਲੋ ਰਣਜੀਤ ਬਾਵਾ ਹੋ ਗਿਆ, ਕਨਵਰ ਗਰਿਆਲ ਹੋ ਗਿਆ ਅਤੇ ਜਸ ਬਾਜਵਾ ਹੋ ਗਿਆ, ਹੋਰ ਕਿੰਨੇ ਸਿੰਗਰ ਸੀ। ਅਤੇ ਲੈ ਜੇ ਕੰਮ ਨਾ ਮਿਲਦਾ ਹੁੰਦਾ ਫਿਰ ਉਹ ਕੀ ਕਹਿੰਦੇ ਹੁੰਦੇ ਆ ਇਨਕਮ ਟੈਕਸ ਵਾਲਿਆਂ ਨੇ ਉਹਨਾਂ ਦੇ ਘਰ ਕਾਹਨੂੰ ਰੇਡ ਮਾਰਨੀ ਸੀ ਯਾਰ। ਇਨਕਮ ਟੈਕਸ ਵਾਲੇ ਤਾਂ ਪੈਸੇ ਭਾਲਦੇ ਫਿਰਦੇ, ਉਹ ਕਹਿੰਦੇ ਕੰਮ ਨਹੀਂ ਮਿਲਦਾ। ਮੈਨੂੰ ਤਾਂ ਲੱਗਦਾ ਕੰਮ ਜ਼ਿਆਦਾ ਮਿਲ ਗਿਆ, ਧਰਮ ਦੇ ਨਾਂ 'ਤੇ ਖੜਨਾ ਕੋਈ ਗੁਨਾਹ ਥੋੜ੍ਹੀ ਹੈ ਯਾਰ, ਉਹ ਤਾਂ ਉਹਦੀ ਸੋਚ ਹੋਊਗੀ। ਆਪਾਂ ਨੂੰ ਤਾਂ ਨਹੀਂ ਲੱਗਦਾ ਇੱਦਾਂ ਕੁਛ ਹੋਊਗਾ। ਇਹ ਚੀਜ਼ ਹੋ ਸਕਦੀ ਆ ਵੀ ਸਰਕਾਰ ਦੇ ਪ੍ਰੈਸ਼ਰ ਨਾਲ ਮਾੜਾ ਮੋਟਾ ਕੋਈ ਪਰਚੇ ਕਹਿ ਸਕਦੇ ਹਾਂ ਜਿੱਦਾਂ, ਜਾਂ ਕੋਈ ਹੋਰ ਇਹੋ ਜਿਹੀਆਂ ਦਿੱਕਤਾਂ ਆਈਆਂ ਹੋਣ ਕੰਮਾਂ ਦੇ ਵਿੱਚ ਆਈਆਂ ਹੋਣ, ਪਰ ਇਹੋ ਜਿਹਾ ਨਹੀਂ ਕੁਛ ਹੁੰਦਾ ਹੁੰਦਾ ਬਈ। ਜਿਹਨੇ ਜਿਹੜੇ ਆਰਟਿਸਟ ਨੂੰ ਪਿਆਰ ਕਰਨਾ, ਜੋ ਸੱਚ ਬੋਲਣਾ, ਬਈ ਉਹ 'ਚ ਕੋਈ ਗੁਨਾਹ ਥੋੜ੍ਹੀ ਆ। ਹੁਣ ਦਿੱਲੀ ਧਰਨੇ 'ਚ ਤੁਸੀਂ ਉਹ ਕਹਿ ਰਹੀ ਆ ਵੀ ਦਿੱਲੀ ਧਰਨੇ ਵੇਲੇ ਜੇ ਅਸੀਂ ਉੱਥੇ ਜਾਂਦੇ ਸੀ ਤਾਂ ਸਾਨੂੰ ਕੰਮ ਮਿਲਣਾ, ਅਤੇ ਦਿੱਲੀ ਧਰਨੇ ਦੇ ਵਿੱਚ ਕੀ ਇਹੋ ਜਿਹਾ ਮਾੜਾ ਸੀ ਭਾਈ? ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ, ਇਹ ਆਪਾਂ ਤੁਸੀਂ ਦੱਸੋ ਮੈਨੂੰ ਕੀ ਮਾੜਾ ਸੀ ਕੁਛ ਉੱਥੇ ਜਾਣਾ? ਅਤੇ ਫਿਰ ਅਤੇ ਇੱਥੇ ਆਉਣਾ ਕੀ ਮਾੜਾ? ਇੱਥੇ ਆਉਣਾ, ਜੇ ਇੱਥੇ ਆਉਣਾ ਮਾੜਾ ਹੀ ਹੁੰਦਾ ਤਾਂ ਫਿਰ ਇੰਨੀ ਸੰਗਤ ਫਿਰ ਇਹ ਕੰਮ ਮਾੜਾ ਕਰ ਰਹੀ ਹੈ? ਇਹ ਤਾਂ ਆਪਦੀ ਆਪਦੀ ਸੋਚ ਆ ਬਾਈ। ਬਈ ਕਹਿੰਦੇ ਜਿਹਦੇ ਕੋਲ ਜਿਹੜਾ ਗੁਣ ਆ ਉਹ ਉਸ ਗੁਣ ਨਾਲ ਇੱਥੇ ਆ ਕੇ ਆਪਣੀ ਸੇਵਾ ਨਿਭਾ ਰਿਹਾ। ਹਾਂਜੀ ਹਾਂਜੀ। ਸੋ ਕੋਈ ਜਦੋਂ ਕਿਸਾਨ ਅੰਦੋਲਨ ਦੇ ਸਮੇਂ 'ਤੇ ਸਾਰਿਆਂ ਨੇ ਗਾਣੇ ਲਿਖੇ, ਕੋਈ ਇੱਦਾਂ ਦੀ ਤਿਆਰੀ ਕਰ ਰਹੇ ਹੋ? ਤਿਆਰੀ ਕੀਤੀ ਵੀ ਆ, ਗਾਣੇ ਕਰ ਵੀ ਰਿਲੀਜ਼ ਵੀ ਕੀਤੇ ਆ ਵੀਰੇ ਮੈਂ, ਅਤੇ ਅੱਗੇ ਵੀ ਕਰਾਂਗੇ ਸਾਰੇ, ਆਪਣਾ ਹੱਕ ਬਣਦਾ। ਕਿਉਂਕਿ ਉਹੀ ਗੱਲ ਮੈਂ ਕਹਿੰਦਾ ਹੁੰਦਾ ਨਾ, ਅਤੇ ਉਹ ਮੈਂ ਤੁਹਾਨੂੰ ਦੋ ਲਾਈਨਾਂ ਪਹਿਲਾਂ ਗਾਣਾ ਜਿਹੜਾ ਸਰਕਾਰਾਂ ਗਾਣਾ ਰਿਲੀਜ਼ ਹੋਇਆ ਸੀ ਉਹਦੀਆਂ ਮੈਂ ਸੁਣਾਉਣਾ। ਉਹ ਸਬਰ ਤੋੜ ਕੇ ਬੋਲ ਰਿਹਾ ਕਿਸਾਨ ਪੰਜਾਬੀ, ਓਏ ਹੱਕ ਮੰਗੇ ਤਾਂ ਕਹਿਣਾ ਮੈਨੂੰ ਤੂੰ ਅੱਤਵਾਦੀ, ਉਹ ਵਾਰਸ ਫੇਰ ਬਘੇਲ ਦੇ ਗੱਜ ਗੱਜ ਲਾਉਣ ਜਕਾਰੇ, ਉਹ ਕਿੰਨਾ ਚਿਰ ਤੂੰ ਰੋਕੇਂਗੀ ਗੰਦੀਏ ਸਰਕਾਰੇ, ਉਹ ਕਿੰਨਾ ਚਿਰ ਤੂੰ ਰੋਕੇਂਗੀ ਜ਼ਾਲਮ ਸਰਕਾਰੇ, ਜੋ ਬੋਲੇ ਸੋਹਣੇ ਹਾਲ ਤੇ ਵਾਹਿਗੁਰੂ ਵਾਹਿਗੁਰੂ ਬੋਲੂ, ਫਿਰ ਬੁੱਧ ਸਿੰਘ ਵਾਲੇ ਜਾਂਟੇ ਵਾਂਗੂ ਭਾਜੀ ਤੋਲੂ, ਉਹ ਇੱਕ ਨੂੰ ਖੁਸ਼ ਰੱਖ ਜੇਲ 'ਚ ਘਰ ਘਰ ਜੰਮਣ ਹਵਾਰੇ, ਕਿੰਨਾ ਚਿਰ ਤੂੰ ਰੋਕੇਂਗੀ ਗੰਦੀਏ ਸਰਕਾਰੇ, ਉਹ ਕਿੰਨਾ ਚਿਰ ਤੂੰ ਰੋਕੇਂਗੀ ਜ਼ਾਲਮ ਸਰਕਾਰੇ। ਬਈ ਕਹਿੰਦੇ ਵੀ ਇਹ ਵੀ ਸਮਾਂ ਇੱਥੇ ਦੇਖਿਆ, ਅਸੀਂ ਵੀ ਉਹ ਖਬਰਾਂ ਕਵਰ ਕੀਤੀਆਂ, ਕਹਿੰਦਾ ਜਦੋਂ ਨਾ ਨੌਜਵਾਨਾਂ ਦੇ ਉੱਤੇ ਲਿਟਰੇਚਰ ਰੱਖਣ ਨੂੰ ਜਾਂ ਬੰਦੀ ਸਿੰਘਾਂ ਦੀਆਂ ਫੋਟੋਆਂ ਰੱਖਣ ਨੂੰ ਲੈ ਕੇ ਪਰਚੇ ਹੋਏ ਨੇ, ਉਹਨਾਂ ਦੇ ਉੱਤੇ ਟਾਡਾ ਦੇ ਯੁਆਪਾ ਦੇ ਅਜਿਹੇ ਸਖਤ ਕਾਨੂੰਨ ਜਿਹੜੇ ਲਾਏ ਗਏ ਨੇ, ਅਤੇ ਤੁਸੀਂ ਅਜਿਹਾ ਕੁਝ ਗਾਉਂਦੇ ਹੋ, ਕਦੇ ਦਿੱਕਤ ਆਉਂਦੀ ਹੈ ਵੀ ਰਿਲੀਜ਼ ਕਰਨ ਦੇ ਸਮੇਂ 'ਤੇ ਕੰਪਨੀ ਨਾ ਮਿਲੇ ਜਾਂ ਕੋਈ ਇਸ ਕਿਸਮ ਦੀਆਂ ਦਿੱਕਤਾਂ? ਵੀਰੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ, ਮੈਂ ਜਦੋਂ ਇਹ ਖੇਤਰ ਦੇ ਵਿੱਚ ਆਇਆ ਨਾ ਸਿੰਗਿੰਗ ਵਾਲੇ 'ਚ, ਮੇਰਾ ਪਹਿਲਾ ਗਾਣਾ ਜਦੋਂ ਆਇਆ ਸੀਗਾ ਉਹ ਤਾਂ ਚਲੋ ਜਿਹਦੇ ਵੀ ਚੈਨਲ ਤੋਂ, ਜਿਹੜਾ ਮੇਰੇ ਨਾਲ ਇੱਕ ਆਪਣਾ
ਆਰਟਿਸਟ ਸੀ ਸਿੰਘਾ, ਉਹਨੇ ਆਪਦੇ ਚੈਨਲ ਤੋਂ ਕੀਤਾ ਜੀ। ਉਦੋਂ ਬਾਅਦ ਕਹਿੰਦੇ ਹੁੰਦੇ ਆ ਵੀ ਨਵੇਂ ਬੰਦੇ ਦੇ ਇੱਥੇ ਪੈਰ ਨਹੀਂ ਲੱਗਦੇ ਇੰਡਸਟਰੀ 'ਚ ਖਾਸ ਕਰਕੇ। ਫਿਰ ਅਸੀਂ ਮੇਰੇ ਯਾਰਾਂ ਦੋਸਤਾਂ ਨੇ ਰਲ ਮਿਲ ਕੇ ਅਸੀਂ ਸਾਰਾ ਕੁਛ ਆਪਦਾ ਹੀ ਲਾ ਲਿਆ, ਕੰਪਨੀ ਵੀ ਸਾਡੀ ਆਪਦੀ ਆ, ਚੈਨਲ ਵੀ ਸਾਡਾ ਆਪਦਾ, ਸਾਨੂੰ ਕਿਸੇ ਦੀ ਲੋੜ ਹੀ ਨਹੀਂ। ਦੂਜੀ ਗੱਲ ਰਹੀ ਜਦੋਂ ਆਪਾਂ ਸਰਕਾਰ ਦੇ ਖਿਲਾਫ ਬੋਲਾਂਗੇ, ਜਿਵੇਂ ਹੁਣ SYL ਗਾਣਾ ਚੱਕਤਾ ਸੀ, ਠੀਕ ਆ, ਹਜੇ ਤਾਂ ਹੀ ਤਾਂ ਆਪਣੇ ਨਾਲ ਇੱਦਾਂ ਦਾ ਕੁਛ ਹੋਇਆ ਨਹੀਂ, ਜੇ ਅੱਗੇ ਹੋਇਆ ਉਹ ਦੱਸਦੇ ਰਹਾਂਗੇ। ਜੇ ਇਹ ਚੀਜ਼ਾਂ ਸਰਕਾਰਾਂ ਕਰਦੀਆਂ, ਠੀਕ ਆ, ਉਹਨਾਂ ਲਈ ਬਹੁਤ ਮਾੜੀ ਗੱਲ ਆ, ਕਿਉਂਕਿ ਇੱਥੇ ਜਿੰਨੇ ਵੀ ਮੰਨ ਕੇ ਚੱਲੋ ਸਟੇਟ ਲੈਵਲ 'ਤੇ ਸਰਕਾਰ ਆ, ਸਾਰੇ ਸਿੱਖ ਚਿਹਰੇ ਹੋਏ ਆ ਮੈਨੂੰ ਲੱਗਦਾ, CM ਸਾਰੇ ਹੈ ਨਾ, ਅਤੇ ਫਿਰ ਉਹ ਸਿੱਖੀ ਨੂੰ ਪਿਆਰ ਹੀ ਨਹੀਂ ਕਰਦੇ ਹੋਣੇ। ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਸਿੱਖੀ, ਚਲੋ ਲੋਕ ਤਾਂ ਇੱਥੇ ਸਾਰੇ ਧਰਮਾਂ ਦੇ ਹੀ ਰਹਿੰਦੇ ਆ, ਪਰ ਕੋਈ ਆਪਦੇ ਧਰਮ ਪ੍ਰਤੀ ਪ੍ਰਪੱਖ ਕਹਿ ਦਈਏ ਜਾਂ ਕਹਿਣ ਦਾ ਮਤਲਬ ਕੁਛ ਜਾਣਨਾ ਸਿੱਖਣਾ ਨੌਜਵਾਨ ਚਾਹੁੰਦੇ ਆ, ਅਤੇ ਉਹਦੇ 'ਤੇ ਇਹ ਮੱਚਦੇ ਕਰਦੇ ਆ, ਤਾਂ ਫਿਰ ਚੰਗੀਆਂ ਗੱਲਾਂ ਥੋੜ੍ਹੀ ਆ। ਬਈ ਕਿੰਨੇ ਦਿਨ ਹੋ ਗਏ ਮੋਰਚੇ 'ਤੇ ਆਉਂਦੇ? ਮੈਨੂੰ ਬਾਈ ਜੀ ਮੰਨ ਕੇ ਚੱਲੋ ਅਸੀਂ 2 ਦਿਨ ਹੋ ਗਏ ਸੀ ਧਰ ਮੋਰਚੇ ਲੱਗੇ ਨੂੰ, ਉਹਦੇ ਤੋਂ ਹੀ ਆਉਣੇ ਅਸੀਂ ਤਾਂ 2 ਕੁ ਦਿਨਾਂ ਤੋਂ, ਜਦੋਂ 2 ਦਿਨ ਹੋ ਗਏ ਸੀਗੇ ਲਗਾਤਾਰ ਮੋਰਚਾ। ਅਸੀਂ ਵੀ ਬਦਲਦਾ ਦੇਖਿਆ, ਅਸੀਂ 7 ਤਰੀਕ ਤੋਂ ਜਿੱਦਣ ਮੋਰਚਾ ਲੱਗਿਆ ਉੱਦਣ ਦੀ ਅਤੇ ਅੱਜ ਦੀ ਤਸਵੀਰ ਅਸੀਂ ਲਗਾਤਾਰ ਦੇਖ ਰਹੇ ਹਾਂ। ਤੁਸੀਂ ਜਦੋਂ ਤੋਂ ਆਏ 9 ਤਰੀਕ ਤੋਂ ਇੱਥੇ ਆਉਣਾ ਸ਼ੁਰੂ ਕੀਤਾ, ਕੋਈ ਬਦਲਾਅ ਮਹਿਸੂਸ ਕਰ ਰਹੇ ਹੋ ਲਗਾਤਾਰ ਹਰ ਰੋਜ਼? ਬਹੁਤ ਬਹੁਤ ਬਦਲਾਅ ਜੀ। ਅਸੀਂ ਸਾਰੇ ਵੀਰ ਭਰਾ ਜਿੰਨੇ ਇੱਥੇ ਮੇਰੇ ਨਾਲ ਬੈਠੇ ਆ, ਇਹ ਵੀ ਪਹਿਲੇ ਦਿਨ ਤੋਂ ਆ ਰਹੇ ਆ, ਮਾਤਾ ਜੀ ਬੈਠੇ ਆ, ਇਹਨਾਂ ਨੂੰ ਵੀ ਉਦੋਂ ਤੋਂ ਹੀ ਪਹਿਲੇ ਦਿਨ ਤੋਂ ਹੀ ਇੱਥੇ, ਕਿਉਂਕਿ ਅਸੀਂ ਗੱਲਾਂ ਜ਼ਿਕਰ ਕਰਦੇ ਹੁੰਦੇ ਸੀ ਪਹਿਲਾਂ ਜਦੋਂ ਸਟਾਰਟਿੰਗ ਸੀ, ਉਦੋਂ ਥੋੜ੍ਹਾ ਜਿਹਾ ਮਹਿਸੂਸ ਵੀ ਹੁੰਦਾ ਸੀਗਾ, ਫਿਰ ਅਸੀਂ ਆਪ ਜ਼ਿਕਰ ਕਰਨਾ ਵੀ ਹੌਲੀ ਹੌਲੀ ਹੌਲੀ। ਹੁਣ ਤਾਂ ਬਾਬਾ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਆ ਸਾਰਾ ਕੁਛ, ਮੈਂ ਦਿੱਲੀ ਨਾਲ ਵੀ ਜ਼ਿਆਦਾ ਚੜ੍ਹਦੀ ਕਲਾ ਹੋਊਗੀ। ਇੱਥੋਂ ਘਰ ਜਾ ਕੇ ਜੀ ਲੱਗ ਜਾਂਦਾ? ਨਹੀਂ ਨਹੀਂ ਜੀ ਨਹੀਂ ਲੱਗਦਾ ਜੀ, ਇੱਥੋਂ ਜਾ ਕੇ ਨਹੀਂ ਲੱਗਦਾ ਜੀ, ਤਾਂ ਹੀ ਮੈਂ ਟਾਈਮ ਨਾਲ ਤਿਆਰ ਹੋ ਕੇ ਫਿਰ ਆ ਜਾਈਦਾ। ਇੱਥੇ ਆ ਕੇ ਦਿਲ ਸਕੂਨ ਮਿਲਦਾ, ਆਪਦੇ ਆਪ ਨੂੰ ਖੁਸ਼ੀ ਵੀ ਹੁੰਦੀ ਆ ਯਾਰ, ਆਪਾਂ ਆਪਦੇ ਧਰਮ ਲਈ ਜਾਂ ਆਪਾਂ ਆਪਦੀ ਕੌਮ ਲਈ ਜੋ ਆਪਦੇ ਕੰਮ ਤਾਂ ਜਿਹੜੇ ਹੈਗੇ ਆਪਾਂ ਨੂੰ ਨਿੱਜੀ ਕੰਮ ਆ, ਚਲੋ ਮੇਰਾ ਗਾਇਕੀ ਦਾ ਖੇਤਰ ਲਾ ਲਓ, ਤੁਹਾਡਾ ਪੱਤਰਕਾਰੀ ਦਾ ਖੇਤਰ ਆ, ਉਹ ਸਾਰਿਆਂ ਦੇ ਆਪਦੇ ਆਪਦੇ ਕੰਮ ਆ। ਇਹ ਇੱਕ ਜਿਹੜਾ ਨਾ ਇੱਥੇ ਆਉਣਾ, ਇਹ ਇੱਕ ਇਨਸਾਨੀਅਤ ਅਤੇ ਆਪਾਂ ਨੂੰ ਦਿਲ ਨੂੰ ਸਕੂਨ ਦੇਣ ਵਾਲਾ, ਉਹ ਚੀਜ਼ ਕਹਿ ਸਕਦੇ ਹਾਂ ਆਪਾਂ। ਬਈ ਜਾਂਦੇ ਜਾਂਦੇ 2 ਲਾਈਨਾਂ ਕਿਸੇ ਹੋਰ ਗੀਤ ਦੀਆਂ ਇਸੇ ਮੋਰਚੇ ਦੇ ਨਾਲ ਸੰਬੰਧਿਤ ਕੀ? ਇਸੇ ਮੋਰਚੇ ਨਾਲ ਸੰਬੰਧਿਤ ਜੀ, ਹੁਣ ਤੁਹਾਨੂੰ ਗਾਣਾ ਅਗਲਾ ਰਿਲੀਜ਼ ਕਰਾਂਗੇ ਅਤੇ ਫਿਰ ਕਦੇ ਮੁਲਾਕਾਤ ਹੋਈ ਉਦੋਂ ਸੁਣਾਵਾਂਗੇ। 2 ਲਾਈਨਾਂ ਚੱਲ ਆਉਣ, ਇਹੀ ਮੈਂ ਆਪਣਾ ਇੱਕ ਪਹਿਲਾਂ ਆਪਣਾ ਗਾਣਾ ਆਇਆ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ 'ਤੇ, ਅਤੇ ਉਹ ਮੈਂ 2 ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ। ਸੀਗਾ ਸਨ 47 ਜਨਮ ਸੀ ਹੋਇਆ ਕੌਮ ਦੇ ਬੱਬਰ ਸੂਰੇ ਦਾ, ਪਾਪੀ ਵੀ ਮਨ ਦੇ ਖੌਫ ਉਹਦਾ ਕਹਿਣੀ ਤੇ ਕਰਨੀ ਪੂਰੇ ਦਾ, ਜੰਮਣ ਨਾ ਮਾਵਾਂ ਨਿੱਤ ਯੋਧੇ ਜੀ ਦੇ ਸੋਲੇ ਦੁਨੀਆ ਗਾਉਣੇ ਆ, ਅਸੀਂ ਵਾਰਸ ਭਿੰਡਰਾਂ ਵਾਲੇ ਦੇ ਸਦਾ ਅਣਖਾਂ ਨਾਲ ਜਿਉਣੇ ਆ, ਅਸੀਂ ਵਾਰਸ ਭਿੰਡਰਾਂ ਵਾਲੇ ਦੇ ਸਦਾ ਅਣਖਾਂ ਨਾਲ ਜਿਉਣੇ ਆ। ਸੋ ਬਾਈ ਗਿੱਲ ਮਾਨ ਕਿਤੇ ਨਾ ਗੱਲਬਾਤ ਹੋਈ, ਸੋ ਲਗਾਤਾਰ ਫਿਰ ਜਿਹੜੀ ਮਿਊਜ਼ਿਕ ਇੰਡਸਟਰੀ ਉਹ ਵੀ ਇੱਥੇ ਪਹੁੰਚ ਰਹੀ ਆ, ਜਿਸ ਦੇ ਆਉਣ ਦੇ ਨਾਲ ਕਿਤੇ ਨਾ ਕਿਤੇ ਫਰਕ ਜਿਹੜਾ ਮਹਿਸੂਸ ਕੀਤਾ ਜਾਂਦਾ, ਕਿਉਂਕਿ ਨੌਜਵਾਨੀ ਤੱਕ ਜਦੋਂ ਇੱਥੋਂ ਇਹ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਮੈਸੇਜ ਪਹੁੰਚਾਉਂਦੇ ਨੇ ਤਾਂ ਉਹ ਬਹੁਤ ਵੱਡੇ ਪੱਧਰ 'ਤੇ ਅਪੀਲ ਵੀ ਕਰਦਾ ਹੈ, ਇਸ ਦੇ ਵਿੱਚ ਕੋਈ ਦੋ ਸ਼ੱਕ ਨਹੀਂ ਹੈ। ਸੋ ਬਹੁਤ ਬਹੁਤ ਧੰਨਵਾਦ ਬਾਈ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।